ਸਿਸਟਮ ਨਹੀਂ ਬਦਲਿਆ ਜਾਂਦਾ ਉਹਨਾਂ ਜਰ ਮੈਂ ਸਮਝਦਾ ਕਿ ਇਹ ਜਿਹੜਾ ਇਸੇ ਤਰ੍ਹਾਂ ਦਾ ਵਰਤਾਰਾ ਚੱਲਦਾ ਰਹੇਗਾ ਕਿ ਇੱਕ ਨੂੰ ਲਗਾ ਦਿਓ ਇੱਕ ਨੂੰ ਹਟਾ ਦਿਓ ਦੇਖੋ ਕਿਸੇ ਪਿੰਡ ਦਾ ਚੌਕੀਦਾਰ ਵੀ ਬਦਲਿਆ ਜਾਵੇ ਤਾਂ ਉਹ ਵੀ ਕਿਤੇ ਦਾਦ ਫਰਿਆਦ ਕਰ ਸਕਦਾ ਅਪੀਲ ਕਰ ਸਕਦਾ ਕੋਰਟ ਕਚਹਿਰੀ ਚੈਲੰਜ ਕਰ ਸਕਦਾ ਪਰ ਸਾਡੀ ਕੌਮ ਦਾ ਸਰਮੌਰ ਆਗੂ ਹੋਵੇ ਬਿਨਾਂ ਕਾਰਨ ਕਿਤੇ ਉਹਨੂੰ ਬਦਲਿਆ ਜਾਵੇ ਤੇ ਉਹ ਕਿਤੇ ਅਪੀਲ ਹੀ ਨਾ ਕਰ ਸਕੇ ਕਿਤੇ ਫਰਿਆਦੀ ਨਾ ਕਰ ਸਕੇ ਸੋ ਇਹ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਗੱਲ ਹੈ चौकीदार ਨਾਲੋਂ ਵੀ ਠੇਹਲੇ ਪੱਦਰ ਦੀ ਗੱਲ ਹੈ ਜਿਹੜੀ ਪਿਛਲੇ ਸਮੇਂ ਚੱਲੀ ਆ ਰਹੀ ਹੈ ਇੱਕ ਕਹਾਵਤ ਮਸ਼ਹੂਰ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਲਿਆਉਂਦੀ ਹਾਥੀ ਤੇ ਚੜਾ ਗਿਆ ਤੇ ਤੋਰਦੀ ਜਦੋਂ ਉਹ ਗਧੇ ਤੇ ਚੜਾ ਕੇ ਹੁਣ ਕਿੱਡਾ ਝੂਠ ਬੋਲਿਆ ਗਿਆ ਕਿ ਜਥੇਦਾਰ ਸਾਹਿਬ ਨੇ ਆਪਣੀ ਖੁਸ਼ੀ ਨਾਲ ਰਜਾਇਣ ਕੀਤਾ ਹੁਣ ਸਾਰੀ ਕੌਮ ਨੂੰ ਪਤਾ ਹੈ ਕਿ ਉਹਨੇ ਸਵੈ ਇੱਛਾ ਨਾਲ ਰਜਾਇਣ ਕੀਤਾ ਕਿ ਜਾਂ ਜ਼ਬਰਦਸਤੀ ਲਿਆ ਗਿਆ ਜਿਵੇਂ ਪਹਿਲਾਂ ਜਥੇਦਾਰਾਂ ਤੋਂ ਲਿਆ ਜਾਂਦਾ ਸੀਗਾ ਸੋ ਅੱਜ ਇਹ ਜਿਹੜੀ ਘਟਨਾ ਹੋਈ ਹੈ ਮੈਂ ਸਮਝਦਾ ਦੂਸਰੀ ਗੱਲ ਇਹ ਵੀ ਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ 5 ਸਾਲ ਤੋਂ ਬਾਅਦ ਗੈਰ ਕਾਨੂੰਨੀ ਚੱਲੀ ਆ ਰਹੀ ਆ 2017 ਦੇ ਵਿੱਚ ਇਸ ਦੀ ਚੋਣ ਹੋਣੀ ਚਾਹੀਦੀ ਸੀ 16 17 ਦੇ ਵਿੱਚ ਕਿਉਂਕਿ 2011 ਦੀ ਚੋਣ ਹੋਈ ਆ 2023 ਆ ਗਿਆ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਜਿਹੜਾ ਹਾਊਸ ਆ ਉਹ ਕਿਸੇ ਨੂੰ ਲਗਾਵੇ ਜਾਂ ਹਟਾਵੇ ਇਹ ਕਿਵੇਂ ਹੋ ਸਕਦਾ ਵਾ ਇਹ ਬਹੁਤ ਬਦਕਿਸਮਤੀ ਦੀ ਗੱਲ ਆ ਸੋ ਮੈਂ ਆਪਣੇ ਵੱਲੋਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਕਿਸੇ ਜਥੇਦਾਰ ਨੂੰ ਲਗਾਏ ਦਾ ਤੇ ਕਿਸੇ ਨੂੰ ਹਟਾਏ ਦਾ ਕੌਮ ਦੇ ਅੰਦਰ ਜਿਹੜਾ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਜਿੰਨਾ ਚਿਰ ਇਹ ਵਿਧੀ ਵਿਧਾਨ ਨਹੀਂ ਬਣਦਾ ਇਸ ਸਿਸਟਮ ਤਬਦੀਲ ਨਹੀਂ ਕੀਤਾ ਜਾਂਦਾ ਕਿ ਸਾਡੇ ਤਖਤ ਜਿਹੜੇ ਆ ਉਹ ਰਾਜਸੀ ਸਿਆਸੀ ਕੁੰਡੇ ਤੋਂ ਆਜ਼ਾਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਗੁਰਬਾਣੀ ਤੇ ਗੁਰ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਮੈਂ ਸਮਝਦਾ ਫੈਸਲੇ ਜਿਹੜੇ ਉਹ ਨਹੀਂ ਆਉਣਗੇ ਜਾਤੀ ਤੌਰ ਤੇ ਵਿਅਕਤੀਗਤ ਤੌਰ ਤੇ ਅਸੀਂ ਨਾ ਕਿਸੇ ਦੇ ਖਿਲਾਫ ਆ ਨਾ ਕਿਸੇ ਦੇ ਹੱਕ ਜਾਂ ਸਭ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਵਰਤਾਰਾ ਵਰਤਿਆ ਮੈਂ ਸਮਝਦਾ ਇਸੇ ਤਰ੍ਹਾਂ ਸਿਸਟਮ ਵਰਤਦਾ ਰਹੇਗਾ ਕਿ ਜਿੰਨਾ ਚਿਰ ਉਹ ਸਿਆਸੀ ਪਰਿਵਾਰ ਦੀ ਖੁਸ਼ੀ ਰਹੇਗੀ ਉਹਨਾਂ ਚਿਰ ਉਹ ਜਥੇਦਾਰ ਰਹੇਗਾ ਜਦੋਂ ਸਿਆਸੀ ਪਰਿਵਾਰ ਦੀ ਕੋਈ ਨਾਰਾਜ਼ਗੀ ਹੋਈ ਤਾਂ ਜਥੇਦਾਰ ਨੂੰ ਘਰੋਂ ਤੋੜ ਦਿੱਤਾ ਜਾਵੇਗਾ ਸੋ ਇਹ ਬਹੁਤ ਹੀ ਮੰਦਭਾਗੀ ਗੱਲ ਆ ਮੈਂ ਸਾਰੀ ਕੌਮ ਨੂੰ ਅਪੀਲ ਕਰਦਾ ਕਿ ਕੌਮ ਹੰਬੜਾ ਮਾਰੇ ਵਿਧੀ ਵਿਧਾਨ ਦੀਆਂ ਗੱਲਾਂ ਚਰਦੀਆਂ ਨੇ ਸਿਸਟਮ ਬਦਲਣ ਦੀਆਂ ਗੱਲਾਂ ਚਲਦੀਆਂ ਨੇ ਪਰ ਬਦਲਿਆ ਨਹੀਂ ਜਾ ਰਿਹਾ